ਖਬਰ ਮਸ਼ਹੂਰ ਪਾਕਿਸਤਾਨੀ ਸਿੰਗਰ ਰਹਿਤ ਫਤਿਹ ਅਲੀ ਖਾਨ ਦੇ ਨਾਲ ਜੁੜੀ ਹੋਈ ਹੈ ਰਹਿਤ ਫਤਿਹ ਅਲੀ ਖਾਨ ਦੇ ਉੱਤੇ ਪਰਚੇ ਦਰਜ ਹੋਏ ਨੇ ਟੈਕਸ ਚੋਰੀ ਤੇ ਮਨੀ ਲਾਂਡਰਿੰਗ ਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਕਥਿਤ ਤੌਰ ਤੇ ਇੱਕ ਵੀਡੀਓ ਵੀ ਉਹਨਾਂ ਦੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਆਪਣੇ ਸ਼ਗਿਰਦ ਦੇ ਨਾਲ ਲੜਦੇ ਹੋਏ ਉਹਨੂੰ ਕੁੱਟਦੇ ਹੋਏ ਨਜ਼ਰ ਆਏ ਸੀ ਜਿਸ ਵਿੱਚ ਉਹ ਇੱਕ ਹੱਥ ਦੇ ਵਿੱਚ ਚप्पल ਫੜੀ ਉਸ ਸ਼ਗਿਰਦ ਨੂੰ ਬੁਰੀ ਤਰੀਕੇ ਦੇ ਨਾਲ ਕੁੱਟ ਰਹੇ ਸੀ ਤੇ ਨਾਲ ਹੀ اپنی ਸ਼ਰਾਬ ਦੀ ਬੋਤਲ ਬਾਰੇ ਪੁੱਛ ਰਹੀ ਸੀ ਸ਼ਰਾਬ ਦੇ ਕਾਰਨ ਉਹ ਕੁੱਟ ਰਹੀ ਸੀ ਤੇ ਉਸ ਤੋਂ ਪੁੱਛ ਰਹੀ ਸੀ ਮੇਰੀ ਬੋਤਲ ਕਿੱਥੇ ਹੈ منی ਲਾਂਡਰਿੰਗ ਮਾਮਲੇ ਦੀ ਗੱਲ ਕਰੀਏ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਰਹਿਤ ਫਤੇਹ ਅਲੀ ਖਾਨ ਦੇ ਉੱਤੇ ਦੋਸ਼ ਲਗਾਏ ਨੇ منی ਲਾਂਡਰਿੰਗ ਤੇ ਟੈਕਸ ਚੋਰੀ ਦੇ ਤੇ ਜਾਂਚ ਮਾਮਲੇ ਦੀ ਸ਼ੁਰੂ ਕਰ ਦਿੱਤੀ ਹੈ FIA ਦੇ ਵੱਲੋਂ ਇਸ ਜਾਂਚ ਦੇ ਵਿੱਚ ਰਾहत ਫਤੀ ਫਤੀ ਅਲੀ ਖਾਨ ਦੇ ਸਾਬਕਾ ਗਲੋਬਲ ਪ੍ਰਮੋਟਰ ਸੁਲਮਾਨ احمد ਦੇ ਵੱਲੋਂ ਗਾਇਕ ਦੇ ਪਾਕਿਸਤਾਨੀ ਅਤੇ ਕੋਮਾਂਤਰੀ ਸੰਗੀਤ ਸਮਾਰੋਹ ਦੇ ਪਿਛਲੇ 12 ਸਾਲਾਂ ਦੇ ਵਿੱਚ ਜਿੰਨੀ ਲਗਭਗ 8 ਅਰਬ ਕਰੋੜ ਦੀ ਜਿਹੜੀ ਉਹਨਾਂ ਨੇ ਕਮਾਈ ਕੀਤੀ ਹੈ ਉਸ ਬਾਰੇ ਜਾਂਚ ਪੜਤਾਲ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹਨਾਂ ਦੀ ਸਨਸਨੀਖੇਜ ਵੀਡੀਓ ਵਾਇਰਲ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਸਾਰੇ ਮਾਮਲੇ ਦੀਆਂ ਜਾਂਚ ਕੀਤੀ ਜਾ ਰਹੀ ਹੈ ਇੱਕ ਹੋਰ ਖਬਰ ਉਹਨਾਂ ਦੀ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਿੰਗ ਚਾਰਲਸ III ਨੇ ਬ੍ਰਿਟਿਸ਼ ਏਸ਼ੀਆ ਟਰਸਟ ਨੇ ਵੀ ਰਾਤਾ ਜੜਾ ਹੈ ਗਾਇਕ ਦੇ ਨਾਲ ਤੋੜ ਲਿਆ ਹੈ ਦਰਅਸਲ 2017 ਦੇ ਵਿੱਚ ਰਾਹਤ ਜਿਹੜੇ ਇਸਟ੍ਰੈਸ ਦੇ ਅੰਬੈਸਡਰ ਬਣੇ ਸੀ ਪਰ ਕਥਿਤ ਤੌਰ ਦੇ ਉੱਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤਾਂ ਦੱਸਦੀਏ ਕਿ ਟਰਸਟ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਦੁਰਵਿਵਹਾਰ ਦੇ ਚਲਦੇ ਅਸੀਂ ਸਖਤ ਨੀਤੀਆਂ ਦਾ ਪਾਲਣ ਕੀਤਾ ਹੈ ਮਿਸਟਰ ਖਾਨ ਦੇ ਸਾਡੇ ਨਾਲ ਬਹੁਤ ਚੰਗੇ ਸਬੰਧ ਸੀ ਪਰ ਜਿਸ ਤਰੀਕੇ ਦੇ ਨਾਲ ਉਨ੍ਹਾਂ ਦੇ ਦੁਰਵਿਵਹਾਰ ਕੀਤਾ ਇਸ ਕਾਰਨ ਅਸੀਂ ਸਖਤੀ ਦੇ ਨਾਲ ਕਦਮ ਚੁੱਕ ਰਹੇ ਨੇ ਬ੍ਰਿਟਿਸ਼ ਏਸ਼ੀਆ ਟਰਸਟ ਨੇ અપਮਾਨਜਨਕ ਵਿਵਹਾਰ ਦੇ ਪ੍ਰਤੀ ਇਸ ਸਖਤ ਕਦਮ ਚੁੱਕੇ ਨੇ ਰਾਹਤ ਫਤਿਹ ali ਖਾਨ ਦੇ ਨਾਲ ਪੂਰਨ ਤੌਰ ਤੇ ਸਾਥ ਜਿਹੜੇ ਆਪਣੇ ਤੋੜ ਰਹੇ ਨੇ ਤੇ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਦਾ ਖਮਿਆਜ਼ਾ ਉਹਨਾਂ ਨੂੰ ਇਸ ਵੇਲੇ ਭੁਗਤਣਾ ਪੈ ਰਿਹਾ ਹਾਲਾਂਕਿ ਇੱਕ ਰੇਡੀਓ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਪੂਰਨ ਤੌਰ ਤੇ ਇਸ ਇੰਟਰਵਿਊ ਦੇ ਵਿੱਚ ਖਾਸ ਤੌਰ ਤੇ ਵੀਡੀਓ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਆਪਣੇ ਸ਼ਗਿਰਦ ਤੋਂ ਮੁਆਫੀ ਮੰਗੀ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪਣੇ ਸ਼ਗਿਰਦ ਨੂੰ ਮਾਰਿਆ ਕਿਉਂਕਿ ਮੈਂ ਉਸਦੇ ਪਿਤਾ ਦਾ ਰੋਲ ਨਿਭਾ ਰਿਹਾ ਸੀ ਦਰਅਸਲ ਸ਼ਗਿਰਦ ਮਤਲਬ ਕਿ ਉਹ ਸਾਡੇ ਬੱਚੇ ਦੀ ਤਰ੍ਹਾਂ ਹੁੰਦਾ ਹੈ ਤੇ ਬੱਚੇ ਨੂੰ ਮੈਂ ਪਿਤਾ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਹੈ ਇਸ ਕਰਕੇ ਮੈਂ ਕੁੱਟਿਆ ਹੈ ਤਾਂ ਇਸ ਤੋਂ ਬਾਅਦ ਉਹਨਾਂ ਨੇ ਮੁਆਫੀ ਵੀ ਆਪਣੇ ਸ਼ਗਿਰਦ ਤੋਂ ਮੰਗੀ ਹੈ ਕਥਿਤ ਤੌਰ ਤੇ ਜਦੋਂ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਲੋਕ ਉਹਨਾਂ ਨੂੰ ਟ੍ਰੋਲ ਕਰਦੇ ਹੋਏ ਵੀ ਨਜ਼ਰ ਆ ਰਹੀ ਸੀ ਕਿਉਂਕਿ ਗਾਇਕ ਦੀ ਵੀਡੀਓ ਕਾਫੀ ਵਾਇਰਲ ਵੀ ਹੋਈ ਸੀ ਤੇ ਇਹ ਮਸ਼ਹੂਰ ਗਾਇਕ ਨੇ ਰਾਹਤ ਫਤੇਹ ਅਲੀ ਖਾਨ ਸੂਫੀ ਗਾਣੇ ਗਾਉਂਦੇ ਨੇ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਨੇ ਕਾਫੀ ਗਾਣੇ ਗਾਏ ਨੇ ਕਾਫੀ ਪਸੰਦ ਲੋਕ ਉਹਨਾਂ ਨੂੰ ਕਰਦੇ ਨੇ ਪਰ ਜਿਵੇਂ ਦੀ ਇਹ ਸ਼ਰਾਬ ਵਾਲੀ ਵੀਡੀਓ ਵਾਇਰਲ ਹੋ ਜਾਂਦੀ ਹੈ ਉਸ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਤੇ ਟ੍ਰੋਲਰਸ ਉਹਨਾਂ ਨੂੰ ਬੁਰਾ ਭਲਾ ਵੀ ਕਹਿ ਰਹੇ ਸੀ ਤੇ ਪਾਕਿਸਤਾਨ ਦੇ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਐਮਐਸਸੀ ਉਸ ਨੂੰ ਵੀ ਜ਼ਰੂਰ ਥੋੜਾ ਜਿਹਾ ਕਹਿ ਸਕਦੇ ਆ ਕਿ ਤੱਕਾ ਜ਼ਰੂਰ ਲੱਗਿਆ ਕਿਉਂਕਿ ਰਾਹਤ ਫਤੇਹ ਅਲੀ ਖਾਨ ਦੀ ਗਾਏ ਕੀ ਬਹੁਤ ਵਧੀਆ ਹੈ ਕਮਾਲ ਦਿਉ ਸੂਫੀ ਗਾਇਕ ਨੇ ਗਾਣੇ ਉਹਨਾਂ ਦੇ ਬਹੁਤ ਫੇਮਸ ਨੇ ਕੋਕ ਸਟੂਡੀਓ ਦੇ ਨਾਲ ਵੀ ਉਹਨਾਂ ਦੇ ਕਾਫੀ ਗਾਣੇ ਨੇ ਜੋ ਹੁਣ ਤੱਕ ਲੱਖਾਂ ਉਹਨਾਂ ਨੂੰ ਲਾਈਕਸ ਤੇ ਮਿਲੀਅਨਸ ਦੇ ਵਿੱਚ ਵਿਊਜ਼ ਮਿਲ ਚੁਕੇ ਨੇ ਪਰ ਜਿਸ ਤਰੀਕੇ ਦੇ ਨਾਲ ਇਕਾਥੀ ਤੌਰ ਤੇ ਵੀਡੀਓ ਆਂਦੀ ਹੈ ਟਰੋਲਰਸ ਦੇ ਵੱਲੋਂ ਰੱਜ ਕੇ ਉਹਨਾਂ ਨੂੰ ਟਰੋਲ ਕੀਤਾ ਜਾਂਦਾ ਹੈ ਤੇ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਗਾਇਕ ਤੋਂ ਅਜਿਹੀ ਕੋਈ ਉਮੀਦ ਨਹੀਂ ਸੀ ਜਿਸ ਤਰੀਕੇ ਦੇ ਨਾਲ ਸਿਰਫ ਇੱਕ ਸ਼ਰਾਬ ਦੀ ਬੋਤਲ ਚੋਰੀ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਸ਼ਾਗਿਰਦ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਹੈ ਇੱਕ ਹੱਥ ਦੇ ਵਿੱਚ ਚੱਪਲ ਫੜ ਕੇ ਦੂਸਰੇ ਪਾਸੇ ਉਹ ਪੁੱਛ ਰਹੀ ਸੀ ਕਿ ਸਸ ਇਹ ਬੋਤਲ ਕਿੱਥੇ ਗਈ ਆਖਿਰਕਾਰ ਹਾਲਾਂਕਿ ਇੰਟਰਵਿਊ ਦੇ ਵਿੱਚ ਉਹਨਾਂ ਨੇ ਮੁਆਫੀ ਵੀ ਮੰਗੀ ਆ ਪਰ ਲੋਕ ਉਹਨਾਂ ਦੀ ਮੁਆਫੀ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ